ਆਰਐਸਐਸ ਵੱਲੋਂ ਕਰਵਾਏ ਗਏ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਪੁਰਬ ਸਮਾਗਮ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਫਤਿਹ ਨੂੰ ਗਲਤ ਢੰਗ ਨਾਲ ਬੋਲਣ ਉੱਤੇ ਵਿਵਾਦ ਵੱਧਦਾ ਜਾ ਰਿਹਾ ਹੈ। ਐਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਇਸ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਸ ਤੋਂ ਸਾਫ਼ ਹੋ ਜਾਂਦਾ ਕਿ ਰਾਜਨਾਥ ਸਿੰਘ ਨੂੰ ਆਪਣੇ ਧਰਮ ਦੇ ਸਲੋਕ ਤਾਂ ਯਾਦ ਨੇ ਪਰ ਸਾਡੇ ਧਰਮ ਬਾਰੇ ਉਹਨਾਂ ਨੂੰ ਕੁਝ ਨਹੀਂ ਪਤਾ ਅਤੇ ਉਹ ਸਿਰਫ ਡਰਾਮਾ ਕਰ ਰਹੇ ਨੇ। ਸਪਸ਼ਟ ਹੋ ਗਿਆ ਕਿ ਉਹਨਾਂ ਨੂੰ ਜੈ ਮਾਤਾ ਜੀ ਦਾ ਪੂਰੀ ਯਾਦ ਹੈ, ਉਹਨੂੰ ਹਰ ਹਰ ਮਹਾਂਦੇਵ ਪੂਰਾ ਯਾਦ ਹੈ, ਕਿਉਂਕਿ ਉਹਨਾਂ ਦਾ ਇਸ ਨਾਲ ਲਗਾਈ ਨਹੀਂ ਹੈ, ਇਹ ਸਿਰਫ ਲੋਕਾਂ ਨੂੰ ਡਰਾਮਾ ਕਰਿਆ ਜਾ ਰਿਹਾ, ਇਸ ਕਰਕੇ ਅਧੂਰਾ ਬੋਲਿਆ ਉਹਨਾਂ ਨੇ। ਬਡੂੰਗਰ ਨੇ ਇਸ ਸਮਾਗਮ ਦੌਰਾਨ ਐਲਾਨ ਕੀਤੇ ਗਏ 100 ਬੰਦਿਆਂ ਦੀ ਕਾਲੀ ਸੂਚੀ ਬਾਰੇ ਵੀ ਗੱਲ ਕੀਤੀ ਅਤੇ 1984 ਦੀ ਨਸਲਕੁਸ਼ੀ ਦੇ ਮਾਮਲੇ 'ਤੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਰਕਾਰਾਂ ਬਦਲਦੀਆਂ ਰਹੀਆਂ ਨੇ ਪਰ 1984 ਦੇ ਸਿੱਖ ਕਤਲੇਆਮ ਦੇ ਇਨਸਾਫ ਲਈ ਕਿਸੇ ਸਰਕਾਰ ਨੇ ਕੁਝ ਨਹੀਂ ਕੀਤਾ। ਨਵੰਬਰ ਦੇ ਪਹਿਲੇ ਹਫ਼ਤੇ ਲਗਾਤਾਰ ਦਿੱਲੀ, ਕਾਨਪੁਰ, ਬੋਕਾਰੋ, ਹੋਂਦ, ਚੰਡੀਗੜ੍ਹ ਥਾਂ ਥਾਈਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਅਤੇ 151 ਹੋ ਜਾਏ ਸ਼ਾਮ ਨੂੰ ਬੰਦਿਆਂ ਉੱਤੇ ਕਰ ਦਿੰਦੇ ਹਾਂ। ਇੱਕ ਵੀ ਬੰਦੇ ਨੂੰ ਅੱਜ ਕੋਈ ਵੀ ਸਰਕਾਰ ਸਜ਼ਾ ਨਹੀਂ ਦਵਾ ਸਕੀ। ਇੱਕ ਕਮਿਸ਼ਨ ਬਣ ਗਿਆ, ਦੂਜਾ ਕਮਿਸ਼ਨ ਬਣ ਗਿਆ, ਤੀਜਾ ਕਮਿਸ਼ਨ ਬਣ ਗਿਆ। ਇਸ ਕਰਕੇ ਜਿਸ ਕੌਮ ਦਾ ਇਤਿਹਾਸ ਬਹੁਤ ਉੱਤਮ ਹੈ, ਬਹੁਤ ਅਜ਼ੀਮ ਇਤਿਹਾਸ ਹੈ। ਸਪੋਕਸਮੈਨ ਟੀਵੀ ਦੇ ਲਈ ਪਟਿਆਲਾ ਤੋਂ ਹਰਵਿੰਦਰ ਸਿੰਘ ਕੁੱਕੂ ਦੀ ਰਿਪੋਰਟ।